ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਅੱਖਰ ਬਹੁਤ ਵਾਰ ਤੁਸੀਂ ਮੁਸਲਮਾਨਾਂ ਦੇ ਮੂੰਹ ਵਿੱਚ ਸੁਣਿਆ ਹੋਣਾ ਇਨਸ਼ਾਅੱਲਾ ਇਨਸ਼ਾਅੱਲਾ ਹਰੇਕ ਮੁਸਲਮਾਨ ਕੋਈ ਵੀ ਕੰਮ ਕਰਨਾ ਹੋਵੇ ਤਾਂ ਉਦੋਂ ਕਹਿੰਦੇ ਆ ਇਨਸ਼ਾਅੱਲਾ ਦਾ ਜਿਹੜਾ ਮਤਲਬ ਹੈ ਉਹ ਹੁੰਦਾ ਵੀ ਜੇ ਅੱਲਾ ਨੇ ਚਾਹਿਆ ਜੇ ਖੁਦਾ ਨੇ ਚਾਹਿਆ ਤਾਂ ਇਹ ਕੰਮ ਜਰੂਰ ਹੋ ਜਾਏਗਾ ਇਹਦੇ ਪਿੱਛੇ ਇੱਕ ਕਹਾਣੀ ਹੈ ਇਹਦੇ ਪਿੱਛੇ ਇੱਕ ਸਟੋਰੀ ਹੈ ਉਹ ਸਟੋਰੀ ਇਹ ਹੈ ਮੁਹੰਮਦ ਸਾਹਿਬ ਦੇ ਕੋਲ ਕੋਈ ਬੀਬੀ ਫਰਿਆਦ ਲੈ ਕੇ ਗਈ ਜਾ ਕੇ ਕਹਿਣ ਲੱਗੀ ਮੇਰੇ ਕੋਈ ਔਲਾਦ ਨਹੀਂ ਮੇਰੇ ਕੋਈ ਬੱਚਾ ਨਹੀਂ ਹੈ ਤੇ ਤੁਸੀਂ ਅੱਲਾਹ ਦੇ ਭੇਜੇ ਹੋਏ ਪੈਗੰਬਰ ਮੇਰੇ ਲਈ ਦੁਆ ਕਰੋ ਮੇਰੇ ਲਈ ਫਰਿਆਦ ਕਰੋ ਮੇਰੇ ਘਰੇ ਔਲਾਦ ਹੋ ਜਾਏ ਮੁਹੰਮਦ ਸਾਹਿਬ ਨੇ ਅੱਗੋਂ ਕਹਿ ਦਿੱਤਾ ਵੀ ਤੇਰੇ ਘਰੇ ਬੇਟਾ ਹੋਵੇਗਾ ਤੇਰੇ ਘਰੇ ਪੁੱਤਰ ਹੋਵੇਗਾ ਉਸ ਬੀਬੀ ਨੇ ਜਦੋਂ ਸੁਣਿਆ ਵੀ ਮੁਹੰਮਦ ਸਾਹਿਬ ਨੇ ਕਹਿ ਦਿੱਤਾ ਵੀ ਤੇਰੇ ਘਰੇ ਪੁੱਤਰ ਹੋਵੇਗਾ ਬੜੀ ਖੁਸ਼ੀ ਦੇ ਨਾਲ ਘਰ ਵਾਪਸ ਗਈ ਇੱਕ ਸਾਲ ਬੀਤਿਆ ਦੋ ਸਾਲ ਬੀਤ ਗਏ ਹੌਲੀ ਹੌਲੀ ਕਰਦੇ ਆ 4-5 ਸਾਲ ਬੀਤ ਗਏ ਕੋਈ ਔਲਾਦ ਨਾ ਹੋਈ ਕੋਈ ਬੱਚਾ ਨਾ ਹੋਇਆ ਜਦੋਂ ਤਾਂ ਉਹਨੂੰ ਪੈਗੰਬਰ ਸਾਹਿਬ ਦੇ ਕੀਤੇ ਹੋਏ ਵਚਨਾਂ ਦੇ ਉੱਤੇ ਸ਼ੰਕਾ ਹੋਈ ਮੁਹੰਮਦ ਸਾਹਿਬ ਦੇ ਕੋਲ ਵਾਪਸ ਗਈ ਕਹਿਣ ਲੱਗੀ ਅੱਜ ਤੋਂ 5 ਸਾਲ ਪਹਿਲਾਂ ਮੈਂ ਤੁਹਾਡੇ ਕੋਲ ਆਈ ਸੀ ਔਲਾਦ ਵਾਸਤੇ ਬੇਨਤੀ ਕੀਤੀ ਸੀ ਤੇ ਤੁਸੀਂ ਕਿਹਾ ਸੀ ਵੀ ਮੇਰੇ ਘਰੇ ਬੇਟਾ ਹੋਏਗਾ ਔਲਾਦ ਹੋਵੇਗੀ ਪਰ ਹੋਇਆ ਕੁਝ ਨਹੀਂ ਇਹਦਾ ਕੀ ਕਾਰਨ ਤੁਹਾਡੇ ਬਚਨ ਝੂਠੇ ਆ ਮੁਹੰਮਦ ਸਾਹਿਬ ਨੇ ਵਿਚਾਰ ਕੀਤੀ ਕਹਿਣਾ ਕੀਤਾ ਕਹਿਣ ਲੱਗੇ ਜੇ ਮੈਂ ਵਚਨ ਕੀਤਾ ਸੀ ਤਾਂ ਪੂਰਾ ਹੋਣਾ ਚਾਹੀਦਾ ਸੀ ਅੱਲਾਹ ਦੇ ਕੋਲ ਬੇਨਤੀ ਕੀਤੀ ਕਹਿਣ ਲੱਗੇ اے ਅੱਲਾ ਮੈਂ ਤੁਹਾਡਾ ਭੇਜਿਆ ਹੋਇਆ ਪਗੰਬਰ ਹਾਂ ਜੇ ਮੈਂ ਕਿਸੇ ਨਾਲ ਕੋਈ ਵਚਨ ਕਰਾਂ ਤੇ ਉਹ ਪੂਰਾ ਨਾ ਹੋਵੇ ਤਾਂ ਫਿਰ ਤੁਹਾਡੇ ਉੱਤੇ ਲੋਕਾਂ ਨੂੰ ਕਿਵੇਂ ਵਿਸ਼ਵਾਸ ਦਿਵਾ ਸਕਦਾ ਜੇ ਮੇਰੇ ਉੱਤੇ ਲੋਕਾਂ ਦਾ ਵਿਸ਼ਵਾਸ ਨਹੀਂ ਹੋਵੇਗਾ ਤਾਂ ਇਹ ਅੱਲਾਹ ਤੇਰੇ ਉੱਤੇ ਮੇਰੇ ਕਹਿਣ ਤੇ ਲੋਕ ਵਿਸ਼ਵਾਸ ਕਿਵੇਂ ਕਰਨਗੇ ਮੈਂ ਕਿਹਾ ਸੀ ਵੀ ਇਹਦੇ ਘਰੇ ਬੇਟਾ ਹੋਏਗਾ ਹੋਇਆ ਕਿਉਂ ਨਹੀਂ ਮੇਰੇ ਬਚਨ ਪੂਰਾ ਕਰਨ ਦੀ ਜ਼ਿੰਮੇਵਾਰੀ ਇਹ ਅੱਲਾਹ ਤੁਹਾਡੀ ਹੈ ਕਿਉਂਕਿ ਤੁਸੀਂ ਮੈਨੂੰ ਭੇਜਿਆ ਕਹਿੰਦੇ ਅੱਲਾਹ ਨੇ ਅੱਗੋਂ ਫਿਰ ਜਵਾਬ ਦਿੱਤਾ ਕਹਿਣ ਲੱਗੇ ਮੁਹੰਮਦ ਯਾਦ ਕਰ ਜਦੋਂ ਤੂੰ ਇਹਨੂੰ ਬਚਨ ਦਿੱਤਾ ਸੀ ਉਦੋਂ ਕੀ ਕਿਹਾ ਸੀ ਤੂੰ ਮੈਨੂੰ ਵਿੱਚ ਤਾਂ ਨਹੀਂ ਰੱਖਿਆ ਮੇਰਾ ਨਾਂ ਤਾਂ ਨਹੀਂ ਲਿਆ ਤੂੰ ਆਪਣੇ ਜ਼ਿੰਮੇਵਾਰੀ ਲੈ ਕੇ ਕਿਹਾ ਵੀ ਤੇਰੇ ਘਰੇ ਬੇਟਾ ਹੋ ਜਾਏਗਾ ਹੁਣ ਤੂੰ ਵਚਨ ਦਿੱਤਾ ਤੇ ਤੂੰ ਪੂਰਾ ਕਰ ਜੇ ਤੂੰ ਕਿਹਾ ਹੁੰਦਾ ਵੀ ਜੇ ਅੱਲਾ ਨੇ ਚਾਹਿਆ ਅੱਲਾ ਜ਼ਰੂਰ ਕਿਰਪਾ ਕਰੇਗਾ ਤਾਂ ਬੇਟਾ ਹੋ ਜਾਏਗਾ ਫਿਰ ਮੈਂ ਉਹਦਾ ਜ਼ਿੰਮੇਵਾਰ ਹੁੰਦਾ ਮੈਨੂੰ ਤੂੰ ਵਿੱਚ ਨਹੀਂ ਰੱਖਿਆ ਮੁਹੰਮਦ ਸਾਹਿਬ ਨੂੰ ਆਪਣੀ ਭੁੱਲ ਦਾ ਗਲਤੀ ਦਾ ਜਦੋਂ ਅਹਿਸਾਸ ਹੋਇਆ ਤਾਂ ਉਹਨਾਂ ਨੇ ਸਾਰਿਆਂ ਨੂੰ ਇਹ ਕਹਿ ਦਿੱਤਾ ਕਿ ਕੋਈ ਵੀ ਕੰਮ ਮੁਸਲਮਾਨ ਨੇ ਕਰਨਾ ਹੋਵੇ ਆਪਣੇ ਹੰਕਾਰ ਨੂੰ ਹੌਂ ਨੂੰ ਪਰੇ ਰੱਖ ਕੇ ਅੱਲਾਹ ਦੇ ਉੱਤੇ ਛੱਡ ਦੇਣਾ ਤੇ ਇਹ ਕਹਿਣਾ ਇਨਸ਼ਾ ਅੱਲਾਹ ਇਨਸ਼ਾ ਅੱਲਾਹ ਜੇ ਅੱਲਾਹ ਨੇ ਚਾਹਿਆ ਤਾਂ ਜ਼ਰੂਰ ਇਹ ਕੰਮ ਹੋਵੇਗਾ ਜਦੋਂ ਤੁਸੀਂ ਅੱਲਾਹ ਨੂੰ ਵਿੱਚ ਰੱਖੋਗੇ ਫਿਰ ਹੰਕਾਰ ਨਹੀਂ ਹੋਵੇਗਾ ਹੌਂ ਨਹੀਂ ਹੋਵੇਗੀ ਅੱਲਾਹ ਖੁਦਾ ਉਸ ਕੰਮ ਵਿੱਚ ਜ਼ਿੰਮੇਵਾਰ ਬਣ ਜਾਵੇਗਾ ਇਹੀ ਗੱਲ ਸੱਤ ਗੁਰਾਂ ਨੇ ਸਾਨੂੰ ਵੀ ਸਮਝਾਈ ਆ ਵੀ ਇਹ ਗੁਰਸਿੱਖਾ ਜਦੋਂ ਵੀ ਕੋਈ ਕੰਮ ਕਰਣਾ ਕਦੇ ਇਹ ਨਹੀਂ ਕਹਿਣਾ ਵੀ ਮੈਂ ਕਰ ਲਵਾਂਗਾ ਮੇਰੇ ਰਾਹੀ ਹੋ ਜਾਏਗਾ ਸੱਤ ਗੁਰਾਂ ਨੇ ਹਜ਼ਾਰਾਂ ਵਾਰੀ ਬਾਣੀ 'ਚ ਕੱਖਰ ਵਰਤਿਆ ਸਤਗੁਰ ਪ੍ਰਸਾਦ ਪ੍ਰਸਾਦ ਦਾ ਅਰਥ ਹੁੰਦਾ ਹੈ ਕਿਰਪਾ ਗੁਰ ਪ੍ਰਸਾਦ ਗੁਰੂ ਕਿਰਪਾ ਤੁਐ ਪ੍ਰਸਾਦ ਤੇਰੀ ਕਿਰਪਾ ਨਾਲ ਹੀ ਵਾਹਿਗੁਰੂ ਸੋ ਸਤਗੁਰ ਪ੍ਰਸਾਦ ਸਤਗੁਰੂ ਦੀ ਕਿਰਪਾ ਦੇ ਨਾਲ ਸੋ ਇਸ ਕਰਕੇ ਗੁਰਸਿੱਖ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਪ੍ਰਸਾਦ ਵਚਨ ਦਿੱਤਾ ਵੀ ਜਦੋਂ ਵੀ ਕੋਈ ਕੰਮ ਕਰਨਾ ਤਾਂ ਇਹ ਕਹਿਣਾ ਗੁਰੂ ਦੀ ਕਿਰਪਾ ਨਾਲ ਹੋਇਆ ਸਤਿਗੁਰੂ ਦੀ ਕਿਰਪਾ ਨਾਲ ਹੋਇਆ ਉਹੀ ਗੱਲ ਮੁਹੰਮਦ ਸਾਹਿਬ ਨੇ ਮੁਸਲਮਾਨਾਂ ਚੋਂ ਹੰਕਾਰ ਦੂਰ ਕਰਨ ਵਾਸਤੇ ਇਹ ਅਖਰ ਦੀ ਵਰਤੋਂ ਕਰਵਾਈ ਇਨਸ਼ਾਅੱਲਾ ਜੇ ਅੱਲਾ ਨੇ ਚਾਇਆ ਤਾਂ ਜ਼ਰੂਰ ਇਹ ਕੰਮ ਹੋਵੇਗਾ ਸੋ ਇਹ ਸੀ ਇਨਸ਼ਾਅੱਲਾ ਦੇ ਪਿੱਛੇ ਦੀ ਕਹਾਣੀ ਤੇ ਜੇ ਆਪ ਜੀ ਨੂੰ ਵਧੀਆ ਲੱਗੀ ਹੋਵੇ ਤਾਂ ਜ਼ਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਜੋ ਹੋਰ ਵੀ ਇਦਾਂ ਦੀਆਂ ਵੀਡੀਓ ਜਾਣਕਾਰੀ ਵਾਰੀਆਂ ਵਾਲੀਆਂ ਜਿਹੜੀਆਂ ਨੇ ਉਹ ਤੁਹਾਡੇ ਲਈ ਬਣਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ